ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਪਸ਼ੂ ਧਨ ਪਸ਼ੂ ਮੇਲੇ ਕਰਵਾਏ ਜਾਂਦੇ ਨੇ। ਇਸੇ ਦੇ ਤਹਿਤ ਪੰਜਾਬ ਦੇ ਮਾਨਸਾ ਵਿੱਚ ਵੀ 2 ਦਿਨਾਂ ਦਾ ਪਸ਼ੂ ਮੇਲਾ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਮੇਲੇ ਵਿੱਚ ਪਸ਼ੂਆਂ ਦੇ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਗਏ ਨੇ। ਪਸ਼ੂ ਮੇਲੇ ਦੇ ਵਿੱਚ ਅੱਜ ਮੁਰਾ ਨਸਲ ਦਾ ਆਪਣਾ ਝੋਟਾ ਲੈ ਕੇ ਪਹੁੰਚੇ ਹਾਂ। ਮੁਕਾਬਲੇ ਚੱਲ ਰਹੇ ਨੇ, ਪਿਓਰ ਮੁਰਾ ਨਸਲ ਦਾ ਜੋ ਝੋਟਾ ਸਾਡੇ ਕੋਲ, ਉਹਨਾਂ ਦੀ ਪਹਿਲਾਂ ਜੋ ਮੱਝ ਸੀਗੀ ਪਿਛਲੇ ਸਾਲ, ਉਹ ਵੀ ਜ਼ਿਲ੍ਹੇ ਦੇ ਵਿੱਚੋਂ ਇਸੇ ਮੇਲੇ ਦੇ ਵਿੱਚ ਦੂਜੇ ਨੰਬਰ 'ਤੇ ਅਸੀਂ ਸਥਾਨ ਪ੍ਰਾਪਤ ਕੀਤਾ ਸੀ, ਇਨਾਮ ਜਿੱਤਿਆ ਸੀਗਾ, ਅਤੇ ਇਸ ਵਾਰ ਅਸੀਂ ਝੋਟਾ ਲੈ ਕੇ ਆਏ ਹਾਂ। ਕੀ ਲੋੜ ਹੈਗੀ ਕਿਸਾਨਾਂ ਨੂੰ, ਮਤਲਬ ਕਿ ਇਸ ਵੱਲ ਪਸ਼ੂ ਧਨ ਲਾਉਣ ਦੀ? ਪਸ਼ੂ ਧਨ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਮੈਂ ਤਾਂ ਕਹਿੰਦਾ ਵੀ ਜੋ ਸੋਚ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਬਹੁਤ ਹੀ ਉੱਚੀ ਸੋਚ ਹੈ, ਜੋ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਬਾਰੇ ਵੀ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਨੇ। ਲੱਖਾਂ ਕਰੋੜਾਂ ਰੁਪਈਆਂ ਦੇ ਇਨਾਮ ਹਰ ਸਾਲ ਲੋਕਾਂ ਨੂੰ ਦੇ ਰਹੇ ਨੇ। ਇਹਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੱਧਦਾ, ਪਸ਼ੂ ਪਾਲਣ ਦਾ ਰੁਚੀ ਪੈਦਾ ਹੁੰਦੀ ਹੈ, ਲੋਕ ਸਹਾਇਕ ਧੰਦਿਆਂ ਵੱਲ ਜੁੜਦੇ ਨੇ, ਅਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਹੁੰਦਾ। ਮਾਨਸਾ ਜ਼ਿਲ੍ਹੇ ਦਾ ਜ਼ਿਲ੍ਹਾ ਪੱਧਰੀ ਪਸ਼ੂ ਧਨ ਚੁਆਈ ਮੁਕਾਬਲੇ ਜਿਹੜੇ ਉਹ 21-22 ਨਵੰਬਰ ਨੂੰ ਅਸੀਂ ਕਰਵਾ ਰਹੇ ਹਾਂ ਜੀ। ਇਹਨਾਂ ਮੁਕਾਬਲਿਆਂ ਦੇ ਵਿੱਚ ਜਿੱਥੇ ਅਸੀਂ ਚੁਆਈ ਮੁਕਾਬਲੇ ਆ, ਉੱਥੇ ਵੱਖ ਵੱਖ ਪਸ਼ੂਆਂ ਦੀਆਂ ਨਸਲਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਨੇ। ਇਹਨਾਂ ਦੇ ਅਸੀਂ ਜਿਹੜੇ ਮੁਕਾਬਲੇ ਆ, ਕੁੱਲ ਇਹ 70 ਕਲਾਸਾਂ ਬਣਾਈਆਂ ਨੇ, ਅਤੇ ਕੁੱਲ ਜਿਹੜੀ ਇਨਾਮਾਂ ਦੀ ਰਾਸ਼ੀ ਆ ਉਹ 9 ਲੱਖ ਰੁਪਈਏ ਆ। ਅਤੇ ਇਹਨਾਂ ਪਸ਼ੂ ਮੇਲਿਆਂ ਦਾ ਕਿਸਾਨ ਵੀਰਾਂ ਨੂੰ ਬਹੁਤ ਫਾਇਦਾ ਹੋ ਰਿਹਾ, ਜਿੱਥੇ ਪਸ਼ੂ ਪਾਲਕਾਂ ਨੂੰ ਵਧੀਆ ਪਸ਼ੂ ਪਾਲਣ ਦਾ ਸ਼ੌਂਕ ਪੈਦਾ ਹੁੰਦਾ, ਉੱਥੇ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਆਰਥਿਕ ਮਦਦ ਵੀ ਮਿਲਦੀ ਆ, ਅਤੇ ਉਹਨਾਂ ਦਾ ਵਧੀਆ ਪਸ਼ੂ ਪਾਲਕਾਂ ਦਾ ਆਪਸ ਵਿੱਚ ਹੀ ਤਾਲਮੇਲ ਵੀ ਪੈਦਾ ਹੁੰਦਾ। ਇਹ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ, ਜੋ ਪਿਛਲੇ 9 ਸਾਲਾਂ ਤੋਂ ਅਸੀਂ ਇਹ ਮੇਲੇ ਕਰਵਾ ਰਹੇ ਹਾਂ। ਜ਼ਿਲ੍ਹਾ ਪੱਧਰ 'ਤੇ ਪਸ਼ੂ ਪਾਲਣ ਵਿਭਾਗ ਨੇ ਮੇਲੇ ਲਾਏ ਹਨ। ਮੇਲਿਆਂ ਦਾ ਮਤਲਬ ਇਹ ਹੈ ਕਿ ਆਮ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨੂੰ ਜਾਣਕਾਰੀ ਹੋਵੇ ਵੀ ਜਿਹੜੇ ਅਸੀਂ ਵਧੀਆ ਨਸਲ ਦੇ ਵਧੀਆ ਜਾਨਵਰ ਪਾਲਦੇ ਹਾਂ, ਉਹਨਾਂ ਦੀ ਰੱਖ ਰਖਾਓ ਕਿਸ ਤਰ੍ਹਾਂ ਕਰੀਦੀ ਹੈ। ਕੰਪੈਰੀਜ਼ਨ ਨਾਲ ਹੀ ਪਤਾ ਲੱਗਦਾ ਹੈ, ਇਹ ਇੱਕ ਐਕਸਟੈਂਸ਼ਨ ਮੈਥਡ ਹੈ ਜਿਹਦੇ ਨਾਲ ਅਸੀਂ ਸ਼ੋਅ ਕਰਦੇ ਹਾਂ ਵੀ ਸਾਡੇ ਕੋਲ ਹੈ ਕੀ, ਅਤੇ ਜਿਹੜੇ ਪਸ਼ੂ ਪਾਲਕ ਇਨਾਮ ਨਹੀਂ ਵੀ ਜਿੱਤਦੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਸਾਡਾ ਡੰਗਰ ਇਸ ਕਰਕੇ ਨਹੀਂ ਫਸਟ ਸੈਕਿੰਡ ਆਇਆ ਕਿਉਂਕਿ ਉਹਦੇ 'ਚ ਫਰਕ ਸੀ। ਇਹ ਜਿਹੜੀ ਨੇ, ਇਹ ਜਿਹੜਾ ਕੰਪੀਟੀਸ਼ਨ ਹੈ, ਇਹ ਮੈਂ ਜਿੱਥੇ ਗਾਈਆਂ ਦਾ ਇੰਚਾਰਜ ਹਾਂ, ਇੱਥੇ ਗਾਈਆਂ ਜਿਹੜੀਆਂ ਅਸੀਂ ਹੋਲਸਟੀਨ ਫ੍ਰੀਜ਼ੀਅਨ ਨਸਲ ਜਿਹੜੀ ਕਾਲੀ ਅਤੇ ਡੱਬੀ ਹੈ ਉਹਦੇ 'ਚ ਦੁੱਧ ਵਾਲੀ ਗਾਂ ਅਤੇ ਦੁੱਧੋਂ ਹੱਟੀ ਗਾਂ ਉਹਦਾ ਮੁਕਾਬਲਾ ਕਰਦੇ ਹਾਂ। ਇਸ ਤੋਂ ਬਾਅਦ ਜਰਸੀ ਦਾ ਮੁਕਾਬਲਾ ਹੋਏਗਾ, ਉਹ ਦੁੱਧ ਦਿੰਦੀ ਅਤੇ ਦੁੱਧੋਂ ਹੱਟੀ ਇਕਸਾਰ ਨੇ। ਪੰਜਾਬ ਸਰਕਾਰ ਦੀ ਜਿਹੜੀਆਂ ਹਦਾਇਤਾਂ ਅਤੇ ਪਸ਼ੂ ਪਾਲਣ ਵਿਭਾਗ ਦੀ ਜਿਹੜੀ ਸਕੀਮ ਹੈਗੀ ਹੈ, ਉਹਦੇ ਤਹਿਤ 21 ਅਤੇ 22 ਨਵੰਬਰ ਨੂੰ 6ਵਾਂ ਪਸ਼ੂ ਧਨ ਚੈਂਪੀਅਨਸ਼ਿਪ ਜਿਹੜੀ ਜ਼ਿਲ੍ਹਾ ਪੱਧਰੀ ਹੈਗੀ ਹੈ, ਮਾਨਸਾ ਵਿਖੇ ਹੋਈ ਹੈ। ਇੱਥੋਂ ਦਾ ਸਟਾਫ ਜਿਹੜਾ ਹੈਗਾ, ਇਹਨਾਂ ਨੇ ਕਾਫੀ ਮਿਹਨਤ ਕਰਕੇ ਵਧੀਆ ਪ੍ਰਬੰਧ ਇੱਥੇ ਕੀਤੇ ਨੇ, ਅਤੇ ਉਸ ਤੋਂ ਵੀ ਵੱਡੀ ਕੰਟਰੀਬਿਊਸ਼ਨ ਮੈਂ ਕਹੂੰਗਾ ਜਿਹੜੇ ਕਿਸਾਨ ਵੀਰਾਂ ਨੇ, ਪਸ਼ੂ ਪਾਲਕਾਂ ਨੇ ਪੂਰੇ ਪਿਆਰ ਨਾਲ ਪੂਰੀ ਮਿਹਨਤ ਨਾਲ ਆਪਦਾ ਜਿਹੜਾ ਪਸ਼ੂ ਧਨ ਪਾਲਿਆ ਉਹਨੂੰ ਲੈ ਕੇ ਆਏ ਨੇ, ਅਤੇ ਜਿਹੜੀਆਂ ਚੰਗੀਆਂ ਨਸਲਾਂ ਨੇ ਅਤੇ ਵਧੀਆ ਸਿਹਤ ਵਾਲੇ ਪਸ਼ੂ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਹੈਗੀ ਉਹਦੇ ਤਹਿਤ ਇਨਾਮ ਵੀ ਦਿੱਤੇ ਗਏ ਨੇ। ਮੈਨੂੰ ਪੂਰਾ ਯਕੀਨ ਹੈ ਇਹਦੇ ਨਾਲ ਨਸਲ 'ਚ ਜਿੱਥੇ ਸੁਧਾਰ ਦਾ ਇੱਕ ਪਾਸੇ ਕੰਮ ਹੋ ਰਿਹਾ, ਦੂਜੇ ਪਾਸੇ ਸਾਡੇ ਜਿਹੜੇ ਹੋਰ ਕਿਸਾਨ ਵੀਰ ਨੇ ਆਪਣੀ ਜਿਹੜੀ ਉਹਨਾਂ ਦੀ ਕਮਾਈ ਹੈਗੀ ਹੈ, ਜਿਹੜੀ ਉਹਨਾਂ ਦੀ ਆਮਦਨ ਹੈਗੀ ਹੈ, ਉਸ 'ਚ ਹੋਰ ਵਾਧਾ ਕਰਨ ਲਈ ਪਸ਼ੂ ਧਨ ਵਾਲੇ ਪਾਸੇ ਨੂੰ, ਪਸ਼ੂ ਪਾਲਣ ਵਾਲੇ ਪਾਸੇ ਨੂੰ ਉਹਨਾਂ ਨੂੰ ਜ਼ਰੂਰ ਉਤਸ਼ਾਹ ਮਿਲੇ। ਮਾਨਸਾ ਤੋਂ ਅਮਰਜੀਤ ਮਾਖਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।